ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਵੀਰ ਜੀ ਅੱਜ ਬਹੁਤ ਹੀ ਵੱਡੀ ਖੁਸ਼ਖਬਰੀ ਲੈ ਕੇ ਆਇਆ ਹਾਂ Indian Army ਦੀ ਜਿਹੜੀ ਭਰਤੀ ਸੀ ਉਹਦੇ ਵਿੱਚ ਕਾਫੀ ਸਾਰਾ ਬਦਲਾਅ ਹੋ ਚੁੱਕਾ ਹੈ ਕੀ ਕੀ ਬਦਲਾਅ ਹੋਇਆ ਵਾ ਉਹਦੇ ਬਾਰੇ ਨੋਟੀਫਿਕੇਸ਼ਨ ਆ ਚੁੱਕਾ ਹੈ ਤੁਸੀਂ ਖੁਦ ਵੀ ਦੇਖ ਸਕਦੇ ਜਿਨ੍ਹਾਂ ਨੇ ਨੋਟੀਫਿਕੇਸ਼ਨ ਡਾਊਨਲੋਡ ਕਰਨਾ ਵਾ ਉਹ ਵੀਰ ਜੀ Telegram ਮੇਰੀ ਚੈਨਲ ਦੀ ID ਥੱਲੇ ਦਿੱਤੀ ਹੋਈ ਹੈ ਉੱਥੇ ਤੁਸੀਂ Telegram ਚੈਨਲ ਨੂੰ ਜੁਆਇਨ ਕਰ ਸਕਦੇ ਹੋ Instagram ID ਵੀ ਦਿੱਤੀ ਹੋਈ ਹੈ ਉਹਦੇ ਵਿੱਚ ਵੀ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ ਤਾਂ ਕਿ ਤੁਸੀਂ ਮੇਰੇ ਨਾਲ ਗੱਲਬਾਤ ਕਰਕੇ ਇਹ ਨੋਟੀਫਿਕੇਸ਼ਨ ਲੈ ਸਕੋ ਸਭ ਕੋ ਤੇ ਵੀਰ ਜੀ ਬਹੁਤ ਵੱਡੀ ਖੁਸ਼ਖਬਰੀ ਇਹ ਆ ਕਿ ਵੀਰ ਜੀ ਹੁਣ ਜਿਹੜਾ ਆ ਸਭ ਤੋਂ ਪਹਿਲਾਂ ਟੈਸਟ ਹੋਏਗਾ ਕੋਈ ਰਨਿੰਗ ਨਹੀਂ ਹੋਏਗੀ ਆ ਦੇਖੋ ਨੋਟੀਫਿਕੇਸ਼ਨ ਵੀ ਆ ਚੁੱਕਾ ਆ ਅੱਗੇ ਜਿਹੜੀਆਂ ਹੀ ਇਹ ਗੱਲਾਂ ਕੀਤੀਆਂ ਜਾਂਦੀਆਂ ਸੀ ਕਿ ਸਿਰਫ ਗੱਲੀਬਾਤੀ ਦੱਸਿਆ ਜਾਂਦਾ ਸੀ ਕਿ ਟੈਸਟ ਪਹਿਲਾਂ ਹੋ ਸਕਦਾ ਆ ਪਰ ਹੁਣ ਇੰਡੀਅਨ ਆਰਮੀ ਨੇ ਅਨਾਉਂਸ ਕਰ ਦਿੱਤਾ ਆਪਣੀ ਵੈਬਸਾਈਟ ਤੇ ਜੁਆਇਨ ਇੰਡੀਅਨ ਆਰਮੀ ਜਿਹੜੀ ਉੱਤੇ ਨੋਟੀਫਿਕੇਸ਼ਨ ਆ ਦੇਖੋ ਪਾ ਦਿੱਤਾ ਹੋਇਆ ਵਾ ਕਿ ਜਿਹੜਾ ਆ ਹੋਂ ਤੁਸੀਂ ਪਹਿਲਾਂ ਇਗਜ਼ਾਮ ਦਿਓਗੇ ਤੇ ਵੀਰ ਜੀ ਧਿਆਨ ਨਾਲ ਗੱਲ ਸੁਣੋ ਇਗਜ਼ਾਮ ਦੀ ਸਾਰਾ ਮੈਂ ਤੁਹਾਨੂੰ ਦੱਸਾਂਗਾ ਕੀ ਕੀ ਚਾਹੀਦਾ ਬੜੇ سارے ਬਦਲਾਅ ਹੋਏ ਨੇ ਇਸ ਕਰਕੇ ਤੁਸੀਂ ਡਾਕੂਮੈਂਟ ਵੀ ਜ਼ਰੂਰ ਤਿਆਰ ਕਰ ਲਿਓ ਵੀਰ ਜੀ ਇਹਦੇ ਵਿੱਚ ਸਭ ਤੋਂ ਵੱਡਾ ਬਦਲਾਅ ਹੈ ਸਭ ਤੋਂ ਪਹਿਲਾਂ ਟੈਸਟ ਹੋਏਗਾ ਧਿਆਨ ਨਾਲ ਸੁਣ ਲਓ ਸਭ ਤੋਂ ਪਹਿਲਾਂ ਰਿਟਰਨ ਇਗਜ਼ਾਮ ਹੋਏਗਾ ਜਿਹੜਾ ਰਿਟਰਨ ਇਗਜ਼ਾਮ ਦਵੇਗਾ ਉਸ ਤੋਂ ਬਾਅਦ ਹੀ ਅੱਗੇ ਰਨਿੰਗ ਹੋਏਗੀ ਮੈਡੀਕਲ ਹੋਏਗਾ ਵੀਰ ਜੀ ਅੱਗੇ ਹੁੰਦਾ ਸੀ ਕਿ ਮੈਡੀਕਲ ਜਿਹੜਾ ਹੀ ਪਹਿਲਾਂ ਰਨਿੰਗ ਹੁੰਦੀ ਫਿਰ ਮੈਡੀਕਲ ਹੁੰਦਾ ਹੀ ਫਿਰ ਜਿਹੜਾ ਹੈ ਵੀਰ ਜੀ ਟੈਸਟ ਹੁੰਦਾ ਸੀ ਹਰ ਹੁਣ ਇੰਡੀਅਨ ਆਰਮੀ ਨੇ ਜਿਹੜੇ ਆ ਪਹਿਲਾ ਟੈਸਟ ਰੱਖ ਦਿੱਤਾ ਤੇ ਬਾਕੀ ਹੋਰ ਇੱਕ ਵੱਡੀ ਜਾਣਕਾਰੀ ਇਹ ਵੀ ਆ ਆ ਦੇਖੋ ਇੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਪਹਿਲਾ ਜਿਹੜਾ ਐਗਜ਼ਾਮ ਹੋਏਗਾ ਤੇ ਵੀਰ ਜੀ ਆਰਮੀ ਫਾਰਮ ਭਰਨ ਦੇ ਵੀਰ ਜੀ 250 ਰੁਪਇਆ ਫੀਸ ਇੰਡੀਅਨ ਆਰਮੀ ਨੇ ਰੱਖ ਕੇ ਦਿੱਤੀ ਹੋਈ ਹੈ 250 ਰੁਪਇਆ ਫੀਸ ਜਿਹੜੀ ਇਹ ਵੀ ਹੋਏਗੀ 250 ਰੁਪਇਆ ਫੀਸ ਧਿਆਨ ਨਾਲ ਸੋਲੋ ਜਿਹੜੇ ਕਿ ਤੁਸੀਂ ਅੱਗੇ ਕੋਈ ਫੀਸ ਨਹੀਂ ਲੱਗਦੀ ਕੈਫੇ ਵਾਲਾ ਹੀ ਆਪਣਾ 100 150 ਰੁਪਇਆ ਲੈਂਦਾ ਸੀ ਕਿ ਫਾਰਮ ਭਰ ਲੈਂਦਾ ਸੀ ਪਰ ਹੁਣ 250 ਰੁਪਇਆ ਜਿਹੜੀ ਤੁਹਾਨੂੰ ਫੀਸ ਜਿਹੜੀ ਆ ਉਹ ਵੀ ਦੇਣੀ ਪਏਗੀ ਉਸ ਤੋਂ ਬਾਅਦ ਤੁਸੀਂ ਇੰਡੀਅਨ ਆਰਮੀ ਦੇ ਜਿਹੜੇ ਫਾਰਮ ਭਰ ਸਕਦੇ ਹੋ ਬਾਕੀ ਵੀਰ ਜੀ ਆਹ ਵੇਖੋ ਧਿਆਨ ਨਾਲ ਦੇਖ ਲਓ ਸਾਰਾ ਨੋਟੀਫਿਕੇਸ਼ਨ ਜਿੰਨੇ ਪੜਨਾ ਉਹ ਪੜ ਵੀ ਸਕਦਾ ਵਾ ਇਹਦੇ ਤਵੀਰ ਜੀ ਉਮਰ ਦਾ ਹਿਸਾਬ ਉਹੀ ਆ ਸਭ ਕੁਝ ਬਾਕੀ ਸਾਰਾ ਕੁਝ ਉਹੀ ਆ ਬਾਕੀ ਵੀਰ ਜੀ ਇੱਕ ਹੋਰ ਵੱਡਾ ਬਦਲਾਵ ਹੋਇਆ ਵਾ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਹੁਣ ਆ ਦੇਖੋ ਮੈਂ ਤੁਹਾਨੂੰ ਨੋਟੀਫਿਕੇਸ਼ਨ ਪੜ੍ਹ ਕੇ ਵੀ ਦਿਖਾ ਦਿੰਨਾ ਮੈਂ ਕੀ ਕੀ ਲਿਖਿਆ ਹੋਇਆ ਇਹਦੇ ਵਿੱਚ ਤੇ ਵੀਰ ਜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ 'ਚ ਲਿਖਿਆ ਹੋਇਆ ਕਿ 250 ਰੁਪਿਆ ਦੀ ਜਿਹੜੀ ਫੀਸ ਉਹ ਭਰੀ ਜਾਏਗੀ ਜਿਹੜੀ ਆਨਲਾਈਨ ਫਾਰਮ ਵਾਸਤੇ ਜਿਹੜੀ ਸਰਕਾਰ ਲਵੇਗੀ ਜਿਹੜੀ ਇੰਡੀਅਨ ਆਰਮੀ ਦੀ ਫਾਰਮ ਭਰਨ ਦੇ ਫੀਸ 250 ਰੁਪਿਆ ਹੋਏਗੀ ਬਾਕੀ ਵੀਰ ਜੀ ਉਹੀ ਆ ਸਾਰਾ ਕੁਝ ਬਾਕੀ ਇੱਕ ਜਿਹੜੀ ਭਰਤੀ ਆਈ ਆ ਰਾਜਸਥਾਨ ਦੇ ਵਿੱਚ ਉਹਦੇ ਵਿੱਚ ਇੱਕ ਹੋਰ ਚੀਜ਼ ਜ਼ਰੂਰ ਮੰਗੀ ਆ ਸ਼ਾਇਦ ਹੁਣ ਪੰਜਾਬ ਵਿੱਚ ਜਿਹੜੀ ਭਰਤੀ ਜਾਂ ਕਿਤੇ ਵੀ ਭਰਤੀ ਆਉਂਦੀ ਆ ਉਹਦੇ ਵਿੱਚ ਵੀ ਮੰਗੀ ਜਾਵੇ ਆ ਦੇਖੋ ਥੱਲੇ ਨੋਟ ਲਿਖਿਆ ਹੋਇਆ ਵਾ ਕਿ ਜੇ ਤੁਸੀਂ ਭਰਤੀ ਦੇਖਣੀ ਆ ਤੇ ਵੀਰ ਜੀ ਤੁਹਾਨੂੰ ਜਿਹੜਾ ਐਲ एमवी ड्राइविंग लाइसेंस ਜਿਹੜਾ ਆ ਉਹ ਲਾਈਟ ਮੋਟਰ ਵਹੀਕਲ ਦਾ ਡਰਾਈਵਿੰਗ ਲਾਇਸੈਂਸ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਵਾ ਇਸ ਕਰਕੇ ਤੁਸੀਂ ਭਰਤੀ ਦੇਖ ਸਕਦੇ ਹੋ ਵੀਰ ਜੀ ਇਹ ਬਹੁਤ ਵੱਡੀ ਅਪਡੇਟ ਆ ਤੇ ਵੀਰ ਜੀ ਪਹਿਲਾਂ ਟੈਸਟ ਹੋਏਗਾ ਖਾਸ ਜਿਹੜੀ ਜਾਣਕਾਰੀ ਇਹੀ ਆ ਕਿ ਪਹਿਲਾਂ ਟੈਸਟ ਹੋਏਗਾ ਜਿੰਨੂੰ ਵੀਡੀਓ ਚੰਗੀ ਲੱਗੀ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਵੀਰ ਜੀ ਸਾਰੀਆਂ ਭਰਤੀਆਂ ਦੇ ਫਾਰਮ ਜਿਹੜੇ ਆਨਲਾਈਨ ਲੱਗ ਪਏ ਆ 16 ਤਰੀਕ ਤੋਂ ਰਾਜਸਥਾਨ ਦੇ ਵਿੱਚ ਭਰਤੀ ਆ ਆ ਦੇਖੋ ਆ ਨੋਟਿਫਿਕੇਸ਼ਨ ਵੀ ਰਾਜਸਥਾਨ ਦੇ ਵਿੱਚ ਆ ਦੇਖੋ ਲਾਗੂ ਹੋ ਗਿਆ ਵਾ ਆ ਦੇਖੋ ਹੁਣ ਹਰ ਜਗ੍ਹਾ ਭਰਤੀਆਂ ਆਉਂਦੇ ਆਪਣੀ ਪੰਜਾਬ ਚ ਰਾਜਸਥਾਨ ਚ ਸਾਰੀ ਜਗ੍ਹਾ ਹੁਣ ਇੱਕਦਮ ਸ਼ੁਰੂ ਹੋ ਚੁੱਕੀ ਹੈ ਅੱਜ 16 ਤਰੀਕ ਹੈ 16 ਤਰੀਕ ਤੋਂ ਫਾਰਮ ਰਾਜਸਥਾਨ ਦੇ ਸ਼ੁਰੂ ਹੋ ਚੁੱਕੇ ਹੈ ਰਾਜਸਥਾਨ ਦੀ ਭਰਤੀ ਦੇ ਇਦਾਂ ਹੀ ਪੰਜਾਬ ਦੇ ਵਿੱਚ ਵੀ ਭਰਤੀਆਂ ਲਗਾਤਾਰ ਆਉਂਦੀਆਂ ਰਹਿਣੀਆਂ ਇਸ ਕਰਕੇ ਤਿਆਰੀ ਸ਼ੁਰੂ ਕਰ ਦੋ ਟੈਸਟ ਦੀ ਸਭ ਤੋਂ ਪਹਿਲਾਂ ਟੈਸਟ ਹੀ ਹੋਏਗਾ ਤੁਹਾਡਾ ਤੇ ਵੀਰ ਜੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੈ ਹਿੰਦ ਦੋਸਤੋ